ਈਰਾਨ ਦੀ ਰਾਜਧਾਨੀ ਤਹਿਰਾਨ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਫਸੇ 53 ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਇਹ 53 ਮੈਂਬਰਾਂ ਵਾਲੇ ਦਲ 'ਚ 52 ਵਿਦਿਆਰਥੀ ਅਤੇ ਇੱਕ ਟੀਚਰ ਹੈ। ਇਹਨਾਂ ਲੋਕਾਂ ਨੂੰ ਮਹਾਨ ਏਅਰਲਾਈਨਸ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਾਪਸ ਲਿਆਂਦਾ ਗਿਆ ਹੈ। ਈਰਾਨ ਤੋਂ ਆਏ ਇਹਨਾਂ 53 ਭਾਰਤੀਆਂ ਦੀ ਫਲਾਈਟ ਦੇਰ ਰਾਤ 3:10 'ਤੇ ਦਿੱਲੀ ਏਅਰਪੋਰਟ 'ਤੇ ਲੈਂਡ ਹੋਈ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।